हाँ जी भीर जी, सारे वीरों सत श्रीकाल जी। संदीप डेयरी में थोड़ा बहुत बहुत वेलकम है जी। अज की भीर जी अपनी विजिट हैगी है पिंड राजिया जी, जिला अमृतसर पैंदा जी, तो तहसील अजनाला। ठीक है, इन्हें वीरों ने पहले वीडियो बनाने लगे हैं जी। इन्होंने को बहुत ही चंगे नीली रावी के एनीमल है जी। ठीक है, अज इन्हें को एक मज नीली रावी सेल है जी, वो पूछा कि है जी ने वीरों को। ठीक है जी, तो उस तो पहले रिक्वेस्ट करेंगे कि जेडे वीर अपने पहली वीडियो वेख रहे उन्होंने रिक्वेस्ट अपने चैनल सबसक्राइब कर जी, तो घंटे या बटन जरूर दबा ताकि नवी वीडियो आ सके। ठीक है जी, एक और रिक्वेस्ट है, जो भी कोई वीर आए अभी पूरी तसली करे, चवाई करे, एक दूसरे पास करे, या रेट जो भी कर रेट लाया जी। ठीक है जी, हम आप भाई जी आप गलबात करते हैं जी। हम आप ठीक है किन्ने इन्हें को पशु तो कि लाइन दे जी ये। ठीक है, हम आप गलबात करते भाई जी। हाँ जी भी जी, सत श्रीकाल जी। भी जी पहले थोड़ा बहुत बहुत स्वागत है जी अपने। हाँ जी, तो भी जी चलो अपना एड्रेस बोलो जी अपना पहले। अपना पिंड राजिया जी। हाँ जी, तहसील अजनाला। ठीक है जी, जिला अमृतसर है, बार्डर एरिया पे। बार्डर एरिया पैंदा। ठीक है जी, तो भी जी नाम ते फोन नंबर बोलो जी। मेरा दिलशेर सिंह नाम है। ठीक है जी, 9859 3903 मेरा मोबाइल नंबर है। एक करीबी जी फिर बोलो जी। 9859 3903 व्हाट्सएप नंबर भी यही चलता है। यही नंबर है। ठीक है, तो भी जी किन्ना टाइम हो गया, पहले तो आप गलबात करते हैं, चलो पुछेंगे कि एनिमल सेल है जी। ਕਿੰਨਾ ਟਾਈਮ ਹੋ ਗਿਆ ਵੀਰ ਜੀ ਆਪਣੇ ਨੀਲੀ ਵਿੱਚ ਕੰਮ ਕਰਦੇ ਹੋ ਜੀ? ਨੀਲੀ ਵਿੱਚ ਵੀਰ ਜੀ ਜਿੱਦਾਂ ਬਲੱਡ ਲਾਈਨ 'ਚ ਆਉਂਦਾ ਵਾ, ਜਿੱਦਾਂ ਪਸ਼ੂ ਦੇ ਬਲੱਡ ਲਾਈਨ ਆ, ਸਾਡੀ ਬਲੱਡ ਲਾਈਨ 'ਚ ਆਉਂਦਾ ਵੀ ਪੁਰਾਣੇ ਦਾਦੇ ਪੜਦਾਦਿਆਂ ਤੋਂ। ਹਾਂਜੀ ਹਾਂਜੀ, ਨੀਲੀ ਰਾਵੀ ਦਾ ਹੀ ਸ਼ੌਂਕ ਹੈ ਤੇ ਉਹੀ ਪਾਲਦੇ ਆ। ਨੀਲੀ ਦਾ ਸ਼ੌਂਕ ਰੱਖਦੇ, ਜਿੰਨਾ ਵੀ ਸਾਨੂੰ ਪਰਖ ਜਾਰੀ ਆ ਨੀਲੀ ਰਾਵੀ ਦੀ। ਠੀਕ ਹੈ ਜੀ, ਪੂਰੀ ਪਰਖਣਾ ਅਸੀਂ ਡੰਗਰ ਲੈਂਦੇ ਹਾਂ ਹਰ ਚੀਜ਼। ਠੀਕ ਹੈ, ਤੇ ਵੀਰ ਜੀ ਆਪਣਾ ਕਿੰਨੇ ਤੋਂ ਲੈ ਕੇ ਦੁੱਧ ਤੱਕ ਆਪਣਾ ਐਨੀਮਲ ਹੈਗੇ ਜੀ ਆਪਣੇ ਨੀਲੀ ਦੇ, ਜਿਹੜੇ ਪਿਓਰ ਨੀਲੀ ਵਿੱਚ ਆ ਗਏ? ਆਮ ਰੂਟੀਨ 'ਚ ਹੜ ਕੋ 12 ਤੋਂ ਲੈ ਕੇ ਝੋਟੀਆਂ 17 ਕਿਲੋ ਤੱਕ ਆਮ ਰੂਟੀਨ 'ਚ, ਇੱਕ ਮੱਝ ਹੜ ਕੋ ਜ਼ਿਆਦੇ ਦੁੱਧ ਵਾਲੀ ਆ। ਠੀਕ ਹੈ, ਉਹ ਕਿਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਆਪਾਂ ਚਵਾਵਾਂਗੇ ਤੇ ਸਾਰੇ ਵੀਰਾਂ ਦੇ ਸੰਯੋਗ ਨਾਲ, ਪਿਆਰ ਨਾਲ, ਆਪਾਂ ਪਿਆਰ ਨਾਲ ਚਵਾਈ ਕਰਾਵਾਂਗੇ। ਹਾਂ, ਪਿਆਰ ਨਾਲ ਚਵਾਈ ਜ਼ਰੂਰ ਕਰਾਵਾਂਗੇ। ਬਿਲਕੁਲ ਜੀ, ਬਿਲਕੁਲ। ਉਹ ਮੱਝ ਆਪਣਾ ਆਪ ਦੱਸੂਗੀ ਮੈਂ ਹੈਗੀ, ਮੈਂ ਇਦਾਂ ਨਹੀਂ ਦੱਸਣਾ ਵੀ ਉਹ ਕਿੰਨਾ ਦੁੱਧ ਕਰਦੀ ਹੈ। ਕਿੰਨੇ? ਸਹੀ ਸਹੀ ਗੱਲ ਹੈ, ਮੱਝ ਦੱਸੂਗੀ ਮੈਂ ਕੀ ਚੀਜ਼। ਕੀ ਚੀਜ਼? ਬਿਲਕੁਲ ਸਹੀ ਗੱਲ ਹੈ ਜੀ। ਚਲੋ ਵੀਰ ਜੀ, ਹੁਣ ਆਪਾਂ ਬਾਕੀ ਗੱਲਾਂ ਹੁਣ ਕਰੀ ਸ਼ੁਰੂ ਜੀ ਫਿਰ ਆਪਾਂ। ਹਾਂਜੀ ਹਾਂਜੀ, ਚਲੋ ਪਹਿਲੇ ਇਹਦੇ ਬਾਰੇ ਗੱਲ ਕਰਦੇ ਵੀਰ ਜੀ ਆਪਾਂ। ਤੇ ਵੀਰ ਜੀ ਇਹ ਕਿਰਮਾ ਸੂਆ ਸੁਣੀ ਹੈ ਜੀ? ਤੀਜੇ ਸੂਏ ਝੋਟੀ ਸੁਣੀ ਆ। ਤੇ ਵੀਰ ਜੀ ਇਹਨੇ ਪਹਿਲਾਂ ਦਾ ਕੀ ਰਿਕਾਰਡ ਸੀ ਜੀ ਇਹਦਾ? ਵੀਰ ਜੀ ਪਹਿਲਾਂ 15-16, ਹਾਂਜੀ, ਦੂਜੇ 17-18 ਤੱਕ ਗਈ ਹੈ। ਦੂਜੇ 17 ਖੈਰ ਕੰਮ ਮੀਦਿਆ ਵੀ 20 ਤੋਂ ਟੱਪੂਗੀ। 20 ਟੱਪੂ ਬਹੁਤ ਕੀਤੀ ਆ ਜੀ। ਚੰਗੀ, ਠੀਕ ਹੈ ਜੀ, ਠੀਕ ਹੈ। ਤੇ ਵੀਰ ਜੀ ਇੱਕ ਗੱਲ ਹੋਰ ਦੱਸੋ, ਇਹ ਕਿੰਨਾ ਟਾਈਮ ਹੈ ਇੱਕ ਵੀਰ ਫੋਨ ਦੇ ਵਿੱਚ ਜੀ ਨੂੰ? ਇਹ ਵੀਰ ਜੀ 23 ਤਰੀਕ ਨੂੰ ਦਿਨ ਪੂਰੇ ਹੋਏ ਆ। ਆ 3 ਦਿਨ ਪੂਰੇ ਹੋਣੇ ਆ। 23 ਤਰੀਕ ਨੂੰ ਤਾਂ ਮੰਨ ਕੇ ਚਲੋ 2-3 ਦਿਨ ਰਹਿ ਗਏ ਆ, ਤੇ ਉੱਪਰ ਲੈ ਕੇ ਜਾਓਗੇ ਵੀਰ ਜੀ? ਹਾਂ ਜੀ, ਉੱਪਰ ਲੈ ਜੇ, ਚੰਗੀ ਗੱਲ ਹੈ, ਇੱਕ ਅੱਧਾ ਦਿਨ ਉੱਤੇ ਲੈ ਜੇ, ਜਿੰਨੀ ਮਤਲਬ ਉੱਤੋਂ ਆਈ ਨਹੀਂ ਪਛਾਣ ਪੂਰੀ ਆਉਣੀ। ਪੂਰੀ ਪਛਾਣ ਆਉਣੀ ਆ, ਠੀਕ ਹੈ ਜੀ, ਠੀਕ ਹੈ। ਪੂਰਾ ਜੇਲ ਸੁੜਕੀ ਤੱਕ ਬਣਾ ਬਣਾਉਣਾ। ਤਾਂ ਚਲੋ ਵੀਰ ਜੀ ਨੂੰ ਖੋਲੋ ਤੇ ਦਿਖਾ ਜੀ ਵੀਰ ਨੂੰ ਆਪਾਂ, ਤੇ ਧਿਆਨ ਨਾਲ ਖੋਲੇ ਕਿ ਚਲਕਣ ਬਹੁਤ ਹੈ ਜੀ। ਆ ਦੇਖੋ ਵੀਰ ਜੀ, ਬਹੁਤ ਹੀ ਸੋਹਣੀ ਮੱਝ ਹੈ ਜੀ, ਜਿਹਨੂੰ ਆਪਾਂ ਨੀਲੀ ਵਿੱਚ ਕਹਿ ਸਕਦੇ ਹਾਂ, ਤਾਂ ਸਾਰੀਆਂ ਨਿਸ਼ਾਨੀਆਂ ਆ ਗਈਆਂ। ਤੇ ਵੇਖੋ ਇਹੋ ਜਿਹੇ ਮਈਆਂ ਬਹੁਤ ਘੱਟ ਲੱਭਦੀਆਂ। ਆ ਦੇਖੋ ਆਰਡਰ, ਦੇਖੋ ਜੀ ਆਰਡਰ ਬਹੁਤ ਸੋਹਣਾ, ਅਤੇ ਬਰੀਡਿੰਗ ਵਾਲੀ ਮੱਝ ਹੈ ਜੀ ਇਹ। ਠੀਕ ਹੈ, ਬਰੀਡਿੰਗ ਵਾਲੀ ਮੱਝ ਹੈ ਜੀ, ਆ ਦੇਖੋ ਪੂਰੇ ਅਸਲਾਂ ਵਾਲੀ ਲੈਣ ਚੋਂ, ਅਸਲ ਪੂਰੇ ਲੈਣ ਵਿੱਚੋਂ ਬਾਈ ਹੋਣੇ ਕਹਿੰਦੇ ਆ ਜੀ। ਅਤੇ ਆਰਡਰ ਦੇਖੋ ਜੀ ਇਹਦਾ, ਆ ਦੇਖੋ ਹਾਂ, ਦੇਖੀ ਜਾਂਦੇ ਵੀਰ ਜੀ, ਦੇਖੀ ਜਾਂਦੇ ਬਿਲਕੁਲ। ਹਾਂਜੀ ਲਿਆਓ ਵੀਰ ਜੀ, ਲਿਆਓ ਹੌਲੀ ਲਿਆਇਆ ਜੀ, ਲਿਆਇਆ ਜੀ, ਧਿਆਨ ਨਾਲ ਹੌਲੀ 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 ਬੰਦ ਵੀਰ ਜੀ ਇੱਥੇ। ਠੀਕ, ਅਤੇ ਵੀਰ ਜੀ ਇਹ ਸੇਲ ਆਪਾਂ ਕਰਨੀ ਹੈ ਜੀ ਇਹ? ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ, ਨੰਬਰ ਹੈਗਾ ਵੀਰ ਨੂੰ ਗੱਲ ਕਰ ਰਹੇ, ਜਿਹੜੇ ਲੈਣੀ ਹੋਊਗੀ ਜੀ। ਠੀਕ ਹੈ ਜੀ, ਵੈਸੇ ਮੱਝ ਵੇਖੇ ਬਹੁਤ ਚੰਗੀ ਹੈ ਜੀ, ਅਤੇ ਆਰਡਰ ਦੇਖੋ ਜੀ, ਆਹ ਦੇਖੋ ਜੀ। ਠੀਕ ਹੈ ਜੀ, ਚਲੋ ਹੁਣ ਇਹਦੇ ਬਾਰੇ ਦੱਸੋ ਵੀਰ ਜੀ। ਬਿਨਾ ਵੰਡ ਤੋਂ 9 ਕਿਲੋ ਪੋਲੀ ਸਾਫ ਧਾਰੇ ਦੀ। ਠੀਕ ਹੈ ਜੀ, ਠੀਕ ਹੈ, ਇਹ ਵੀ ਵੇਚਣੀ, ਇਹ ਵੀ ਵੇਚਣੀ। ਤੇ ਇਹਦਾ ਵੀਰ ਜੀ ਮੁੱਲ? ਸਾਠ ਹਜ਼ਾਰ ਦੁੱਧ ਕਿੰਨਾ ਵੀਰ ਜੀ ਇਸ ਟਾਈਮ? 9 ਕਿਲੋ ਦੁੱਧ।
ਥਾਂ ਦੀ ਕੁਆਲਿਟੀ ਦੇ ਵਿੱਚ ਸੱਜਰ ਥੱਲੇ ਦੁੱਧ ਕਿੰਨਾ ਸੀ ਜੀ? ਚੌਦਾਂ ਸਾਢੇ ਚੌਦਾਂ ਲੀਟਰ ਤੇ ਸੂਆ ਵੀਰ ਜੀ ਕਿੰਨਾ ਆ ਗਈ ਇਹ ਦੂਜਾ ਸੂਆ ਆ ਗਿਆ ਆਹ ਦੇਖੋਗੇ ਜੀ ਹਾਂ ਨੀਲੀ ਰਾਮ ਦੀ ਘੱਟੀ ਹੈ ਜੀ ਆਹ ਖੜੀ ਹੈ ਜੀ ਨਿੱਕੀ ਠੀਕ ਹੈ ਤੇ ਵੀਰ ਜੀ ਕਿੰਨਾ ਟਾਈਮ ਹੋ ਚੁੱਕਿਆ ਜੀ ਇਹਨੂੰ? ਦੋ ਮਹੀਨੇ ਪੰਜ ਦਿਨ ਠੀਕ ਠੀਕ ਹੈ ਜੀ ਠੀਕ ਹੈ ਹਾਂਜੀ ਹਾਂ ਬਿਲਕੁਲ ਠੀਕ ਹੈ ਜੀ ਠੀਕ ਹੈ ਚਲੋ ਹੁਣ ਇਹਨੇ ਆ ਸੇਲ ਨੀ ਜੀ ਅੱਛਾ ਠੀਕ ਹੈ ਜੀ ਟੋਕੜ ਕੱਪਣਾ ਜੀ ਅੱਛਾ ਆ ਜੀ ਜਵਾਨੀ ਨੌਵੇਂ ਸੂਏ ਅੱਛਾ ਜੀ ਠੀਕ ਹੈ ਜੀ ਠੀਕ ਆ ਦੇਖੋ ਵੀਰ ਜੀ ਤੇ 20 ਕਿਲੋ ਦੁੱਧ ਲਈ ਮੱਝ ਦਸਵੇਂ ਗਾਂ ਕੱਪਣਾ ਠੀਕ ਆ ਜੀ ਵੀਰ ਜੀ ਠੀਕ ਹੈ ਚਲੋ ਇੱਧਰ ਵੀ ਆ ਜਾਓ ਮਾੜੇ ਡਿਟੇਲ ਪੁੱਛ ਲਈ ਵੀਰ ਜੀ ਇਹਨਾਂ ਦੇ ਆਪਾਂ ਹਾਂਜੀ ਪਹਿਲਾਂ ਚੌਦਾਂ ਕਿਲੋ ਪਹਿਲਾਂ ਠੀਕ ਹੈ ਠੀਕ ਹੈ ਇੱਕ ਹੱਡੀ ਦੇ ਠੀਕ ਹੈ ਪਾਕਿਸਤਾਨੀ ਬਰੀਡ ਹੈ ਠੀਕ ਠੀਕ ਹੈ ਜੀ ਜੀ ਇਹਦੇ ਬਾਰੇ ਦੱਸੋ ਵੀਰ ਜੀ ਪੂਰੇ ਮਹੱਲੇ ਠੀਕ ਹੈ ਤੇ ਆ ਵੀਰ ਜੀ ਅੱਛਾ ਜੀ ਦੱਸਾਂਗੇ ਜਦੋਂ ਚਲਾਈ ਨਾ ਕਿਸੇ ਦਿਨ ਠੀਕ ਹੈ ਜੀ ਚਾਰ ਪੰਜ ਮਹੀਨੇ ਲੱਗਦਾ ਠੀਕ ਹੈ ਜੀ ਠੀਕ ਠੀਕ ਹੈ ਜੀ ਠੀਕ ਹੈ ਚਲੋ ਇਹ ਕਿੰਨਾ ਟਾਈਮ ਰਹਿ ਗਿਆ ਜੀ ਹਜੇ ਸੁਣਦੇ ਛੇ ਮਹੀਨੇ ਬਾਅਦ ਚਲੋ ਕੋਈ ਨਾ ਵੀਡੀਓ ਜ਼ਰੂਰ ਬਣਾਵਾਂਗੇ ਵੀਰ ਜੀ ਇਹਦੀ ਹਾਂ ਚਵਾਈ ਜੀ ਬਣਾਵਾਂਗੇ ਨਾਲੇ ਆਪਾਂ ਬਿਲਕੁਲ ਸਹੀ ਗੱਲ ਹੈ ਜੀ ਪਾਕਿਸਤਾਨੀ ਬਲੱਡ ਠੀਕ ਹੈ ਠੀਕ ਦੇਖੋ ਜੀ ਵੀਰਾਂ ਨੇ ਬਹੁਤ ਹੀ ਚੰਗੇ ਐਨੀਮਲ ਹੈ ਜੀ ਤੇ ਬਿਲਕੁਲ ਸੰਭਾਲ ਵੇਖੋ ਨਾਲੇ ਦੁੱਧ ਵਾਲੇ ਸਾਰੇ ਜਿੰਨੇ ਵੀ ਹੈਗੇ ਸਾਰੇ ਦੁੱਧ ਵਾਲੇ ਹੈ ਜੀ ਠੀਕ ਹੈ ਜੀ ਤੇ ਚਲੋ ਵੀਰ ਜੀ ਸਾਨੂੰ ਥੋੜ੍ਹਾ ਜਿਹਾ ਇੱਕ ਹੋਰ ਗੱਲ ਦੱਸੋ ਕਿ ਸਾਨੂੰ ਥੋੜ੍ਹਾ ਜਿਹਾ ਇਹ ਨੌਲੇਜ ਦੱਸੋ ਆਪਣੇ ਜਿਹਨੇ ਆਪਣੇ ਵੀਰ ਦਾ ਠੀਕ ਹੈ ਜੀ ਉਹਨਾਂ ਨੇ ਦੱਸੋ ਨੀਲੀ ਦੀ ਅਸਲ ਪਛਾਣ ਕੀ ਹੈ ਜੀ ਮੈਂ ਵੇਖੋ ਜਿੱਥੇ ਵੀ ਜਾਂਦਾ ਹਰੇਕ ਦਾ ਸਵਾਲ ਇਹੀ ਪੁੱਛਦਾ ਸਿੰਗਲ ਹੱਡੀ ਠੀਕ ਹੈ ਜੀ ਅੱਛਾ ਪਿਓਰ ਨੇ ਸੂਲ ਤੇ ਵੀ ਆ ਗਿਆ ਜੀ ਕੋਈ ਨਿਸ਼ਾਨੀਆਂ ਜ਼ਰੂਰੀ ਆ ਹਨਾ ਜੀ ਹਾਂ ਠੀਕ ਹੈ ਜੀ ਮਤਲਬ ਬਿਲਕੁਲ ਜੀ ਬਿਲਕੁਲ ਸਹੀ ਪਿਓਰ ਨੀਲੀ ਦਾ ਵੀ ਇਹਨੂੰ ਕਹਿੰਦੇ ਮਤਲਬ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ੁਰੂ ਤੋਂ ਹੀ ਜਿਹੜੀ ਸੂਰਜ ਜਿਹੜਾ ਪੱਪੂ ਸਿੱਧੂ ਅੰਕਲ ਕੋਲ ਨੀਲੀ ਰਾਵੀ ਦਾ ਥਾਂ ਨਹੀਂ ਹਾਂਜੀ ਸਾਡੇ ਅੰਮ੍ਰਿਤਸਰ ਚੋਂ ਗਿਆ ਹਾਂ ਅੰਮ੍ਰਿਤਸਰ ਤੋਂ ਗਿਆ ਬਿਲਕੁਲ ਸਹੀ ਗੱਲ ਮਤਲਬ ਹਰ ਇੱਕ ਚੀਜ਼ ਇੱਥੋਂ ਹੀ ਜਾਣਦੀ ਬਿਲਕੁਲ ਸਹੀ ਗੱਲ ਹੈ ਜੀ ਸਹੀ ਗੱਲ ਹੈ ਹਾਂ ਸਹੀ ਗੱਲ ਹੈ ਜੀ ਨੀਲੀ ਰਾਵੀ ਇੱਥੋਂ ਤੁਰਦੀ ਜਾਂਦੀ ਠੀਕ ਹੈ ਜੀ ਤੇ ਕੱਟੀ ਵੀਰ ਜੀ ਹਾਂ ਆਹ ਵੀ ਦਿਖਾਓ ਜੀ ਹਾਂਜੀ ਇਹ ਕਿਹੜੇ ਥਾਂ ਦੀ ਵੀਰ ਜੀ ਇਹ ਵੀਰ ਜੀ ਟੈਂਕ ਦੀ ਟੈਂਕ ਦੀ ਹੈ ਠੀਕ ਹੈ ਜੀ ਕੱਟੀ ਬਹੁਤ ਸੋਹਣੀ ਝੋਲੀ ਇਹਦੇ ਟੌਪ ਦੀ ਲੱਗੀ ਆ ਅੱਛਾ ਜੀ ਹਾਂ ਦੇਖੋ ਜੀ ਤੇ ਇਹ ਕਿਹੜੀ ਮਹਿ ਦੀ ਹੈ ਵੀਰ ਜੀ ਇਹ
ਇਹ ਵੀਰ ਜੀ ਉਹ ਜਿਹੜੀ 16 ਕਿਲੋ ਨਹੀਂ ਦੱਸਣ ਦਿਆ ਮੈਂ ਝੁੱਟੀ ਉਹ ਮਗਰ ਅੱਛਾ ਜੀ ਅੱਛਾ ਉਹਦੀ ਜੇ ਗੱਡੀ ਠੀਕ ਹੈ ਤੇ ਆਹ ਵਾਲੀ ਵੀਰ ਜੀ ਇਹ ਵੱਡੀ ਮਾਈ ਦੀ ਹੈ 20 ਕਿਲੋ ਵਾਲੀ ਅੱਛਾ 20 ਕਿਲੋ ਵਾਲੀ ਜਿਹੜੀ ਮੇਰੇ ਕੋਲ ਵੱਡੀ ਮਾਜ ਇੱਕ ਇਧਰ ਹੈਗੀ ਵਿੱਚ ਹਾਂਜੀ ਹੈਗੀ ਜੀ ਹੈਗੀ ਦੱਸੀ ਇਹ ਵੀ ਨੀਲੀ ਦਾ ਵੀ ਬਹੁਤ ਸੋਹਣੀ ਬਾਂਡੀ ਠੀਕ ਹੈ ਤਾਂ ਮੇਰੇ ਖਿਆਲ ਨਾਲ ਹੁਣ ਤੋਂ ਹੀ ਇਹਦੇ ਹੈਗੇ ਇਹਨਾਂ ਵਿੱਚ ਕੋਈ ਸੇਲ ਨਹੀਂ ਕਰਨੀ ਵੀਰ ਜੀ ਆਪਾਂ ਇਹਨਾਂ ਵਿੱਚੋਂ ਸੇਲ ਨਹੀਂ ਬਾਕੀ ਇਹ ਵੀ ਜੇ ਕਿਸੇ ਵੀਰ ਨੇ ਜਿੱਦਾਂ ਦੀ ਕੋਈ ਕਵੇ ਹਾਂਜੀ ਕਿ ਮੈਨੂੰ 16 ਕਿਲੋ ਵਾਲੀ ਦੀ ਚਾਹੀਦੀ ਹੈ 16 ਦੀ ਮਿਲ ਜੂਗੀ 14 ਵਾਲੀ ਦੀ ਚਾਹੀਦੀ 12 ਵਾਲੀ ਦੀ ਚਾਹੀਦੀ ਹੈ ਕੱਟੀ ਲੱਭ ਦਾਂਗੇ ਕੱਟੀ ਵੀ ਨਸਲ ਦੀ ਲੱਭ ਕੇ ਦੇਵਾਂਗੇ ਜਿਹੜੀ ਸਾਨੂੰ ਪਰਖ ਆ ਅੱਛਾ ਜੀ ਅੱਛਾ ਪਰਖਰੇ ਤੌਰ ਤੇ ਲੱਭ ਕੇ ਦੇਵਾਂਗੇ ਚੰਗੀ ਕਨਾਲ ਦਾ ਵੀਰ ਨੂੰ ਸੱਜਣ ਨੂੰ ਹਾਂਜੀ ਇਹਨਾਂ ਇਹ ਵੀ ਇੱਥੋਂ ਜਿਹੜੇ ਵਪਾਰੀ ਖੜ ਖੜ ਕੇ ਅੱਗੇ ਵੇਚਣ ਦੇ ਅੰਮ੍ਰਿਤਸਰ ਚੋਂ ਹਾਂਜੀ ਜਿੰਨਾ ਉਹ ਖਰਚਾ ਚੱਲਦਾ ਉਹ ਲੋਕਾਂ ਦਾ ਬਾਜੂ ਹਾਂ ਬਿਲਕੁਲ ਸਹੀ ਸਿੱਧੀ ਕਨਾਲ ਦਾ ਇੱਥੋਂ ਜਿਹੜਾ ਕੱਟੀ ਚੰਗੀ ਲੱਭ ਕੇ ਦੇਵਾਂਗੇ ਮਿਲਦਾ ਸਭ ਕੁਝ ਵੀਰ ਜੀ ਜਦੋਂ ਕਨਾਲ ਦਾ ਬਰੀਡ ਵੇਖ ਕੇ ਚੀਜ਼ ਲੈਣੀ ਪੈਂਦੀ ਹਾਂਜੀ ਹਾਂ ਸਹੀ ਮਿਲਦਾ ਸਭ ਕੁਝ ਜੇ ਹਾਂ ਇਹਨਾਂ ਜ਼ਰੂਰੀ ਆ ਵੀ ਦੱਸੋ ਆ ਵੀ 8 ਕਿਲੋ ਵਾਲੀ ਦੀ ਹਾਂ ਆ 10 ਵਾਲੀ ਦੀ ਆ 16 ਵਾਲੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਵੀਰ ਜੀ ਸੱਚ ਬੋਲੋ ਝੂਠ ਨਾ ਮਾਰੋ ਜੀ ਠੀਕ ਹੈ ਨਾ ਜਿਹੜੀ ਚੀਜ਼ ਆਪਣੇ ਕੋਲ ਹੈਗੀ ਆ ਹਾਜ਼ਰ ਨੂੰ ਬਾਰ ਦੱਸੋ ਕਿ ਆ ਹੈਗੀ ਆ ਬਿਲਕੁਲ ਜੀ ਠੀਕ ਹੈ ਨਾ ਜੀ ਹੁਣ ਤੁਹਾਡੇ ਕੋਲ ਮਈਆਂ ਖੜੀਆਂ ਜੀ ਪਤਾ ਲੱਗਿਆ ਠੀਕ ਹੈ ਸੋਹਣੀਆਂ ਮਈਆਂ ਆਪ ਕੋ ਤਸੱਲੀ ਦੀ ਮਨ ਨੂੰ ਕਿ ਠੀਕ ਹੈ ਜੀ ਬਹੁਤ ਸੋਹਣੀਆਂ ਮਈਆਂ ਤੇ ਵੀਰ ਜੀ ਇਹ ਗਾਂ ਕਿਹੜੇ ਮਾਲੀ ਨੂੰ ਕਪਣਾ ਜੀ ਇਹ ਵੀਰ ਜੀ ਸਰਕਾਰੀ ਸੀ ਮਤਲਬ ਸਰਕਾਰੀ ਨਾਮ ਪਤਾ ਵੀ ਜੀ ਕੋਈ ਆਪਣੋ ਨਹੀਂ ਸਰਕਾਰੀ ਤੋਂ ਵੀਰ ਜੀ ਉਹਨੇ ਡਾਕਟਰ ਮੈਂ ਗਿਆ ਉਦੋਂ ਸਰਹੰਦ ਗਿਆ ਫਤਿਹਗੜ੍ਹ ਸਾਹਿਬ ਹਾਂਜੀ ਹਾਂਜੀ ਤੇ ਉਦੋਂ ਕਿਨਾਲ ਦਾ ਪਿੱਛੇ ਮੈਂ ਇਹ ਗੱਲ ਹੈ ਜੀ ਵੀਰ ਜੀ ਭਰਿਆ ਨੀਲੀ ਦਾ ਹੀ ਪੱਕਾ ਜੀ ਹਾਂਜੀ ਨੀਲੀ ਦਾ ਨੀਲੀ ਦਾ ਪੱਕਾ ਭਰਿਆ ਕਈ ਰਿਆ ਹੁੰਦਾ ਵੀਰ ਜੀ ਮੋਹਰਾ ਟੀਕਾ ਲੱਗ ਜਾਂਦਾ ਜਿਵੇਂ ਜੀ ਇੱਕ ਗੱਲ ਹੈ ਵੇਖੋ ਵੇਖਿਆ ਨਹੀਂ ਹੁੰਦਾ ਕਿਸੇ ਨੇ ਸੀਮੈਂਟ ਬੈਂਕ ਦੇ ਅੰਦਰ ਜਾ ਕੇ ਬਿਲਕੁਲ ਆਪਣੇ ਲੋਕ ਸਹੀ ਸੀ ਸਾਨੂੰ ਕਿਉਂਕਿ ਪਿਆਰ ਹੀ ਨੀਲੀ ਸਹੀ ਸਹੀ ਗੱਲ ਹੈ ਜੀ ਹਾਂ ਪਿੱਛੋਂ ਕੋਈ ਚੀਜ਼ ਭਰ ਕੇ ਆਉਂਦੀ ਉਹ ਵੱਖਰੀ ਗੱਲ ਕੋਈ ਤੁਹਾਨੂੰ ਪਤਾ ਵੀ ਇੱਕ ਝੋਟਿਆਂ ਦਾ ਸੀਮੈਂਟ ਦਾ ਵੀ ਤੁਹਾਨੂੰ ਨਹੀਂ ਨਹੀਂ ਸਹੀ ਸਹੀ ਗੱਲ ਵੀਰ ਜੀ ਸਹੀ ਗੱਲ ਸੀਮੈਂਟ ਦਾ ਜ਼ਿਆਦਾ ਹੇਰ ਫੇਰ ਬਿਲਕੁਲ ਵੇਖੋ ਵੀ ਜੀ ਆ ਬਾਕੀ ਵੀ ਆਪਣੀ ਐਡੀ ਮੈਨੂੰ ਥੱਲੀ ਨਾ ਕਰੋ ਬਹੁਤ ਚੰਗੀ ਮੱਝ ਹੈ ਜੀ ਤੇ ਸਾਰੇ ਚੰਗੇ ਐ ਨਹੀਂ ਮਾ ਵੀਰ ਉਹਨੇ ਠੀਕ ਹੈ ਜੀ ਚਲੋ ਵੀਰ ਜੀ ਤੁਸੀਂ ਐ ਕਰੋ ਤੁਹਾਨੂੰ ਇੱਕ ਐਡਰੈਸ ਤੁਸੀਂ ਆਦਾ ਫੇਰ ਦੱਸੋ ਜੀ ਹਾਂਜੀ ਪਿੰਡ ਰਾਦੀਆਂ ਵੀਰ ਜੀ ਆਪਣਾ ਹਾਂਜੀ ਤਹਿਸੀਲ ਹੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਹੈ ਠੀਕ ਹੈ ਜੀ ਹਾਂਜੀ ਤੇ ਨਾਮ ਤੇ ਫੋਨ ਨੰਬਰ ਫਿਰ ਬੋਲ ਦਿਓ ਨਾਮ ਮੇਰਾ ਦਿਲਸ਼ੇਰ ਸਿੰਘ ਹੈ ਠੀਕ ਹੈ ਜੀ ਤੇ ਫੋਨ ਨੰਬਰ 98596 3993 ਇੱਕ ਵਾਰੀ ਵੀਰ ਜੀ ਫਿਰ ਬੋਲ ਦਿਓ 98596 3993 ਇਹੀ ਵਟਸਐਪ ਨੰਬਰ ਤੁਹਾਡਾ ਇਹੀ ਵਟਸਐਪ ਨੰਬਰ ਚਲੋ ਜਿਸ ਤਰ੍ਹਾਂ ਤੁਹਾਡੇ ਕਿਸੇ ਨੇ ਗੱਲਬਾਤ ਬੰਦੀ ਹੈ ਜਾਂ ਕੋਈ ਕੱਟੀਆਂ ਬਾਰੇ ਜਿਸ ਤਰ੍ਹਾਂ ਵੀ ਗੱਲਬਾਤ ਬੰਦੀ ਹੈ ਜਾਂ ਕੋਈ ਗੱਲਬਾਤ ਕਰੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਜੀ ਤੁਹਾਡਾ ਹਾਂਜੀ ਹਾਂ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਚਲੋ ਵੀਰ ਜੀ ਵੀਡੀਓ ਜ਼ਰੂਰ ਦੇਖਿਆ ਜੇ ਵੀਰ ਨੂੰ ਕੋਈ ਤੁਹਾਨੂੰ ਗੱਲਾਂ ਦਾ ਕੋਈ ਨੌਲੇਜ ਮਿਲੂਗੀ ਠੀਕ ਹੈ ਤੇ ਬਾਕੀ ਜੇ ਕਿਸੇ ਵੀਰ ਨੇ ਕੱਟੀਆਂ ਜਾਂ ਝੋਟੀਆਂ ਕੋਈ ਕੱਟਾ ਲੈਣਾ ਹੋਵੇ ਇਹਨਾਂ ਵੀਰ ਨੂੰ ਕੰਟੈਕਟ ਕਰੇ ਕਿਉਂਕਿ ਬਿਲਕੁਲ ਬਾਰਡਰ ਦੇ ਨਾਲ ਬੈਠੇ ਜੀ ਇਹ ਠੀਕ ਹੈ ਜੀ ਇਹਨਾਂ ਨਾਲ ਗੱਲਬਾਤ ਕਰ ਲੈ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਭਾਈ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ ਇਹ ਆਪਣੀ ਝੋਟੀ ਜਾ ਰਹੀ ਹੈ ਜੀ ਰਾਣਾ ਗੁਰਜੀਤ ਸਿੰਘ ਜੀ MLA ਸਾਹਿਬ ਉਹਨਾਂ ਕੋ ਸੰਦੀਪ ਵੀਰ ਦੀ ਸੰਦੀਪ ਡੇਅਰੀ ਫਾਰਮ ਦੀ ਰਹਿ ਬਣਾਈ ਹੇਠ ਮੱਝ ਵਿਕੀ ਹੈ ਜੀ